ਮੈਂ ਆਪਦੇ ਪਿਓ ਨੂੰ ਕਿਹਾ ਵੀ ਅਸੀਂ ਕ੍ਰਿਸ਼ਨ ਬਰਾਦਰੀ ਨਾਲ ਤਲਕ ਰੱਖਣੇ ਆ। ਲੇਡੀ ਡਾਕਟਰ ਕਹਿੰਦੀ ਮੈਨੂੰ ਪਹਿਲਾਂ ਪਤਾ ਹੁੰਦਾ ਜੇ ਤੇਰੇ ਪਿਓ ਨੂੰ ਹੱਥ ਲਾਉਣ ਤੋਂ ਪਹਿਲਾਂ ਮੈਂ ਦਸਤਾਨੇ ਪਾਉਂਦੀ। ਇਹ ਮਸੀਹਾਂ ਵਾਲੇ ਰੋਲ ਹੋ ਰਿਹਾ, ਇਹ ਘਟੀਆ ਹਰਕਤਾਂ। ਇੱਥੇ ਮਜ਼ਹਬ ਦਾ ਹਰ ਮਜ਼ਹਬ ਦਾ ਬੰਦਾ ਇੱਥੇ ਜ਼ਿੰਦਗੀ ਲੈ ਕੇ ਆਉਂਦਾ। ਜੇ ਅੰਦਰ ਇਹ ਤਮਾਸ਼ੇ ਗਿਲੀਆਂ ਹੋਣਗੀਆਂ ਤੇ ਹਰ ਗਰੀਬ ਮਰ ਜਾਏਗਾ ਮੇਰੇ ਭਰਾਓ। ਅੱਜ ਤੁਸੀਂ ਨਹੀਂ ਬੋਲੋਗੇ ਤੇ ਸਮਝੋ ਹਰ ਅਸੀਂ ਤੇ ਚਲੇ ਜਾਂਗੇ ਜ਼ਿੰਦਗੀ ਮੌਤ ਖੁਦਾ ਦੇ ਹੱਥ ਚ। ਪਰ ਜੇ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਨੇ ਇਹ ਅੰਦਰ ਬਦਮਾਸ਼ੀਆਂ ਚੱਲਦੀਆਂ ਰਹਿਣਗੀਆਂ। ਨਹੀਂ ਤੇ ਮੇਰੇ ਕੋਲ ਮੋਬਾਈਲ ਤੇ ਵੇਖੋ, ਮੇਰਾ ਪਿਓ ਤੜਫਦਾ ਪਿਆ। ਇਹ ਦੇਖੋ ਅੰਦਰ ਡਾਕਟਰ ਲੇਡੀ ਡਾਕਟਰ ਲੁੱਡੋ ਖੇਲਦੀਆਂ ਬਜਾਰੇ, ਬਰਗਰ ਖਾ ਰਹੇ ਨੇ, ਲੁੱਡੋ ਖੇਲਦੇ ਬਣੇ, ਤਮਾਸ਼ੇ ਹੋ ਰਹੇ ਨੇ। ਅਸੀਂ ਬਾਰ ਬਾਰ ਜਾਂਦੇ ਹਾਂ ਵੀ ਡਾਕਟਰ ਸਾਹਿਬ ਮੇਰਾ ਪਿਓ ਤੜਫਦਾ ਪਿਆ। ਆਂਦਾ ਸਾਡੀ ਲੁੱਡੋ ਦੀ ਬਾਜ਼ੀ ਪੂਰੀ ਹੋ ਰਹੀ, ਤੂੰ ਕੀ ਸਾਨੂੰ ਖਵਾਦਾ ਪਿਆ। ਖਤਮ ਹੋ, ਬਣਾ ਮੂਵੀ ਇਹਨਾਂ ਦੀ ਲੁੱਡੋ ਖੇਡਣ ਦੀ, ਬਣਾਓ ਇਹਨਾਂ ਦੀ ਮੂਵੀ, ਬਣਾਓ ਬਣਾਣਾ ਯਾਰ। ਸਾਡਾ ਅਸੀਂ ਕਿੰਨੇ ਦਿਨ ਤੋਂ ਪਰੇਸ਼ਾਨ, ਕੋਈ ਖੂਨ ਪਤਲਾ ਕਰਦੇ ਪਏ, ਕੋਈ ਗੋਲਾ ਕਰਦੇ ਪਏ। ਕਿਉਂ ਗਾਰਡ ਗਾਰਡ ਪਾਸ ਹੋਇਆ, ਤੂੰ ਮਿਲਾ ਲਿਆ ਮੈਂ ਡਾਕਟਰ ਸਾਹਿਬ ਨੂੰ, ਮਿਲਾ ਉੱਪਰੋਂ। ਕਿਉਂ ਵਾਲਾ ਸਾਹਿਬ ਨੂੰ ਬਾਹਰ ਸਾਡੀ ਮੂਵੀ ਸੁੱਟੋ ਕਿਸੇ ਹੋਰ ਦੇ, ਅਸੀਂ ਸਾਡੀ ਹੱਥ ਨੂੰ ਕਹਿੰਦੇ ਹਾਂ ਤੂੰ ਸਾਡੀ ਮੂਵੀ ਸੁੱਟ। ਭਾਈ ਆਪ ਜੀ ਦਰਾਈ ਸਰ, ਆਪ ਕਿਸ ਨੇ ਕਰ ਦਿੱਤੀ ਪਰੇਸ਼ਾਨ?